ਹੈਲੋ एवरीवन वेलकम बैक टू माय YouTube चैनल ਅੱਜ ਦਾ ਸਾਡਾ ਟੌਪਿਕ ਹੈਗਾ ਨਰਸਿੰਗ ਕੇਅਰ ਪਲਾਨ ਔਨ ਗੋਟ ਸੋ ਮੇਰੇ ਇਸ ਚੈਨਲ ਦੇ ਉੱਪਰ ਤੁਹਾਨੂੰ ਹੋਰ ਬਹੁਤ ਸਾਰੇ ਨਰਸਿੰਗ ਕੇਅਰ ਪਲਾਨਸ ਮਿਲ ਜਾਣਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਇਡੈਂਟੀਫਿਕੇਸ਼ਨ ਡਾਟਾ ਤੋਂ ਲੈ ਕੇ ਹਿਸਟਰੀ ਕਲੈਕਸ਼ਨ ਫਿਜ਼ੀਕਲ ਐਗਜ਼ਾਮੀਨੇਸ਼ਨ ਐਂਡ ਬਿਬਲੀਓਗ੍ਰਾਫੀ ਤੱਕ ਰ ਆਪਾਂ ਸਾਰਾ ਕੇਅਰ ਪਲਾਨ ਜੋ ਬਣਾਵਾਂਗੇ ਸੋ ਜੇਕਰ ਤੁਹਾਨੂੰ ਹੋਰ ਵੀ ਕੁਇਰਟਮੈਂਟ ਚਾਹੀਦੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਮੇਰੀ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰੀ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਮੈਂ ਨੀਚੇ ਮੇਰਾ ਇੰਸਟਾਗ੍ਰam ਅਕਾਊਂਟ ਮੈਂਸ਼ਨ ਕੀਤਾ ਹੋਇਆ ਜੇਕਰ ਤੁਹਾਨੂੰ ਕੋਈ ਵੀ ਡਾਊਟ ਵਗੈਰਾ ਹੋਵੇ ਜਾਂ ਤੁਸੀਂ ਕੋਈ ਵੀ ਪੀਡੀਐਫ ਵਗੈਰਾ ਤੁਹਾਨੂੰ ਬਾਈ ਕਰਨੀ ਹੋਵੇ ਤੁਸੀਂ ਕੋਈ ਵੀ ਨੋ ਸੋ ਨਾਉ ਸਟਾਰਟ ਕਰਦੇ ਆ ਨਰਸਿੰਗ ਕੇਅਰ ਪਲਾਨ ਓਨ ਗੋਟ ਸੋ ਜੋ ਇਹ ਆਪਣਾ ਟੌਪਿਕ ਹੈਗਾ ਕਮਿਊਨਿਟੀ ਹੈਲਥ ਨਰਸਿੰਗ ਸੈਕਿੰਡ ਦਾ ਹੈਗਾ ਸੋ ਜੋ 3rd ইয়ার ਦੇ ਵਿੱਚ ਆਪਣਾ ਇਹ ਜੋ ਸਬਜੈਕਟ ਹੁੰਦਾ ਹੈ ਠੀਕ ਉਸ ਦੇ ਅਕੋਰਡਿੰਗ ਮੈਂ ਤੁਹਾਨੂੰ ਇਹ ਕੇਅਰ ਪਲਾਨ ਦੱਸੂਗੀ ਕਿ ਕਿੱਦਾਂ ਬਣਾਇਦਾ ਹੈ ਸੋ ਇਹ ਥੋੜਾ ਜਿਹਾ ਡਿਫਰੈਂਟ ਹੁੰਦਾ ਹੈ ਕਮਿਊਨਿਟੀ ਦਾ ਸੋ ਜੋ ਫਰਸਟ ਪੇਜ ਹੁੰਦਾ ਆਪਣੇ ਕੋਲੇ ਬੇਸਲਾਈਨ ਸਰਵੇ ਹੁੰਦਾ ਹੈ ਜੋ ਆਪਾਂ ਕਮਿਊਨਿਟੀ ਡਿਊਟੀ ਦੇ ਟਾਈਮ ਕਰਨਾ ਹੁੰਦਾ ਹੈ ਠੀਕਾ ਸੋ ਜੋ ਵੀ ਮੈਂ ਮਿਸਟੇਕਸ ਹੈ ਕਿਉਂ ਤੁਹਾਨੂੰ ਸਾਰੀਆਂ ਦੱਸੂਗੀ ਠੀਕਾ ਸੋ ਜੋ ਇਹ ਵਾਲੇ ਪੇजेस ਹੁੰਦੇ ਆ ਤੁਹਾਨੂੰ ਤੁਹਾਡੇ ਕਾਲਜ ਤੋਂ ਵੀ ਮਿਲ ਸਕਦੇ ਆ ਅਦਰਵਾਈਜ਼ ਤੁਸੀਂ ਮੈਥੋਂ ਇੰਸਟਾਗ੍ਰam ਤੇ ਬਾਏ ਵੀ ਕਰ ਸਕਦੇ ਹੈਗੇ ਐਂਡ ਤੁਸੀਂ ਲਿਖ ਵੀ ਸਕਦੇ ਆ ਆਪਣੀ ਹੈਂਡ ਰੀਟਿੰਗ ਹੈਂਡਰਾਈਟਿੰਗ ਦੇ ਵਿੱਚ ਠੀਕ ਸੋ ਫਰਸਟ ਹੈਗਾ ਨੇਮ ਆਫ ਰੂਰਲ অর ਅਰਬਨ ਜੋ ਵੀ ਪਿੰਡ ਤੁਹਾਡਾ ਹੈਗਾ ਬਬਾਨੀਆਂ ਜਾਂ ਜੋ ਵੀ ਪਿੰਡ ਤੁਹਾਡੀ ਡਿਊਟੀ ਲੱਗੀ ਆ ਤੁਸੀਂ ਉਹ ਰਾਈਟ ਕਰਨਾ ਨੇਮ ਆਫ ਦਾ ਹੈਲਥ ਸੈਂਟਰ ਸੋ ਜੋ ਵੀ ਤੁਹਾਡਾ ਹੈਲਥ ਸੈਂਟਰ ਹੈਗਾ ਉਸ ਦਾ ਤੁਸੀਂ ਨੇਮ ਲਿਖਣਾ ਨੇਮ ਆਫ ਦਾ ਹੈੱਡ ਆਫ ਦਾ ਫੈਮਿਲੀ ਜਿਸ ਵੀ ਘਰ ਤੁਸੀਂ ਜਾ ਰਹੇ ਹੈਗੇ ਉਥੋਂ ਦੇ ਫੈਮਿਲੀ ਹੈੱਡ ਦਾ ਤੁਸੀਂ ਨਾਮ ਲਿਖਣਾ ਠੀਕਾ ਟਾਈਪ ਆਫ ਫੈਮਿਲੀ ਫੈਮਿਲੀ ਕਿਹੜੀ ਟਾਈਪ ਹੈਗੀ ਹੈ ਸਿੰਗਲ ਆ ਜਾਂ ਜੁਆਇੰਟ ਆ ਠੀਕਾ ਉਹਨਾਂ ਦਾ ਰਿਲੀਜੀਅਨ ਕੀ ਹੈਗਾ ਕਾਸਟ ਕੀ ਹੈਗੀ ਆ ਉਹ ਲਿਖਣੀ ਆ ਸੋ ਨੈਕਸਟ ਹਾਊਸ ਕੰਡੀਸ਼ਨਸ ਤੁਸੀਂ ਲਿਖਣੀ ਆ ਟਾਈਪ ਆਫ ਹਾਊਸ ਪੱਕਾ ਠੀਕਾ ਸੈਮੀ ਪੱਕਾ ਐਂਡ ਕੱਚਾ ਰੂਮਸ ਨੰਬਰ ਕਿੰਨੇ ਹੈਗੇ ਆ ਐਡਿਕੁਏਟ ਇਨਐਡਿਕੁਏਟ ਠੀਕਾ ਅਕੂਪੇਸ਼ਨ ਕੀ ਹੈਗੀ ਆ ਤੁਸੀਂ ਲਿਖਣਾ ਵੀ ਉਹ ਓਨਰ ਹੈਗੀ ਆ ਜਾਂ ਮੰਥਲੀ ਰੈਂਟ ਤੇ ਦਿੰਦੇ ਹੈਗੀ ਆ ਵੈਂਟੀਲੇਸ਼ਨ ਐਡਿਕੁਏਟ ਆ ਇਨਐਡਿਕੁਏਟ ਆ ਜਾਂ ਨੋ ਵੈਂਟੀਲੇਸ਼ਨ ਲਾਈਟਿੰਗ ਪ੍ਰੋਪਰ ਹੈਗੀ ਹੈ ਜਾਂ ਨਹੀਂ ਠੀਕਾ ਵਾਟਰ ਸਪਲਾਈ ਕਿਚਨ ਡਰੇਨੇਜ ਐਂਡ ਲੈਬੋਟਰੀ ਠੀਕਾ ਸੋ ਜੋ ਪਬਲਿਕ ਜੋ ਉਹ ਟਾਇਲਟ ਯੂਜ਼ ਕਰਦੇ ਆ ਜਾਂ ਜਿੱਦਾਂ ਦੀ ਵੀ ਉਹਨਾਂ ਦੀ ਹਾਊਸ ਦੀ ਹੋਮ ਦੀ ਕੰਡੀਸ਼ਨ ਹੈਗੀ ਆ ਤੁਸੀਂ ਉਹਨੂੰ ਲਿਸਟ ਕਰਨੀ ਹੈ ਠੀਕਾ ਸੋ ਜਸਟ ਟਿਕ ਮਾਰਕ ਕਰਨੀ ਹੈ ਨੈਕਸਟ ਆ ਗਈ ਫੈਮਿਲੀ ਕੰਪੋਜੀਸ਼ਨ ਫੈਮਿਲੀ ਕੰਪੋਜੀਸ਼ਨ ਦੇ ਵਿੱਚ ਤੁਸੀਂ ਨੇਮ ਆਫ ਦਾ ਫੈਮਿਲੀ ਮੈਂਬਰ ਰਿਲੇਸ਼ਨ ਵਿਦ ਹੈਡ ਆਫ ਫੈਮਿਲੀ इज एजुकेशन हेल्थ स्टेटस ठीक है, है, है लिखना है ओसों नेक्स्ट पेज ਸਾਡੇ ਕੋਲੇ ਆ ਜਾਂਦਾ ਟੋਟਲ ਇਨਕਮ ਆਫ ਫੈਮਿਲੀ ਸੋ ਜਿੰਨੀ ਫੈਮਿਲੀ ਦੀ ਇਨਕਮ ਹੈਗੀ ਹੈ ਤੁਸੀਂ ਉਹ ਲਿਖਣਾ ਹੈ ਠੀਕ ਹੈ ਐਜੂਕੇਸ਼ਨਲ ਸਟੇਟਸ ਕੀ ਹੈਗਾ ਕਿਥੋਂ ਤੱਕ ਉਹ ਪੜੇ ਹੋਏ ਹੈਗੇ ਠੀਕ ਹੈ ਉਹਨਾਂ ਦੀ ਫੈਮਿਲੀ ਐਂਡ ਨੈਕਸਟ ਹੈਗਾ ਕਮਿਊਨੀਕੇਸ਼ਨ মিডিਆ ਕੀ ਉਹ ਯੂਜ਼ ਕਰਦੇ ਹੈਗੇ ਠੀਕ ਆ ਟਰਾਂਸਪੋਰਟ ਦੇ ਵਿੱਚ ਉਹ ਕੀ ਯੂਜ਼ ਕਰਦੇ ਕੋਈ ਨਾ ਕੋਈ ਓਵਨ ਵਹੀਕਲ ਹੈਗਾ ਸੋ ਤੁਸੀਂ ਉਹ ਲਿਖਣਾ ਹੈ ਕਮਿਊਨੀਕੇਸ਼ਨ ਦੇ ਵਿੱਚ ਉਹ ਕੀ ਯੂਜ਼ ਕਰਦੇ ਹੈ ਟੈਲੀਫੋਨ ਹੈਗਾ ਰੇਡੀਓ ਹੈਗਾ ਤੁਸੀਂ ਉੱਥੇ-ਉੱਥੇ ਯੈਸ ਯੈਸ ਲਿਖਣਾ ਹੈਗਾ ਯਾ ਠੀਕ ਆ ਲੈਂਗੁਏਜ ਕਿਹੜੀ ਉਹ ਯੂਜ਼ ਕਰਦੀ ਹੈ ਮਦਰ ਟੰਗ ਹਿੰਦੀ ਉਰਦੂ ਇੰਗਲਿਸ਼ ਠੀਕ ਹੈ ਐਂਡ ਲੈਂਗੁਏਜ ਨੋਨ ਕਿਹੜੀਆਂ-ਕਿਹੜੀਆਂ ਉਹ ਲਿਖ ਤੇ ਬੋਲ ਸਕਦੇ ਹੈਗੇ ਆ ਠੀਕਾ ਜੇਕਰ ਇੰਗਲਿਸ਼ ਉਹ ਰੀਡ ਐਂਡ ਰਾਈਟ ਕਰ ਸਕਦੇ ਹੈਗੇ ਆ ਸੋ ਤੁਸੀਂ ਉਹ ਵੀ ਸਾਰਾ ਲਿਖਣਾ ਹੈਗਾ ਆ ਨੈਕਸਟ ਹੈਗਾ ਆ ਡਾਈਟਰੀ ਪੈਟਰਨ ਫੂਡ ਅਵੇਲੇਬਲ ਜੋ ਜੋ ਫੂਡ ਆਪਣੇ ਮਾਰਕੀਟ ਦੇ ਵਿੱਚ ਅਵੇਲੇਬਲ ਹੁੰਦੇ ਆ ਜਿਹੜੇ ਉਹ ਯੂਜ਼ ਕਰਦੀ ਹੈ ਤੇ ਪ੍ਰੈਪਰੇਸ਼ਨ ਕਰਦੀ ਹੈ ਤੇ ਸਟੋਰੇਜ ਕਰਦੀ ਹੈ ਠੀਕਾ ਸੋ ਉਹ ਰਾਈਸ ਦਾ ਫੂਡ ਦਾ ਯੂਜ਼ ਕਰਦੇ ਹੈਗੇ ਆ ਠੀਕਾ ਜਵਾਰ ਦਾ ਯੂਜ਼ ਨਹੀਂ ਕਰ ਜਿੱਥੇ ਯੂਜ਼ ਨਹੀਂ ਕਰਦੇ ਉਸੇ ਤੁਸੀਂ ਕਾਂਟੀ ਲਗਾਣੀ ਆ wheat ਦਾ ਮਤਲਬ ਆਟਾ ਠੀਕਾ वेजिटेबल्स ਯੂਜ਼ ਕਰਦੇ ਆ ਮਿਲਕ ਯੂਜ਼ ਕਰਦੇ ਆ ਮਿਲਕ ਪ੍ਰੋਡਕਟ ਯੂਜ਼ ਕਰਦੇ ਆ ਪਲਸਸ ਯੂਜ਼ ਕਰਦੇ ਆ ਟਿਊਬਰਸ ਯੂਜ਼ ਕਰਦੇ ਆ ਠੀਕਾ ਫੂਡ ਪ੍ਰੈਪਰੇਸ਼ਨ ਜੇਕਰ ਕੋਈ ਵੀ ਅਨ ਹਾਈਜਨ ਹੈਗੀ ਹੈ ਤਾਂ ਤੁਸੀਂ ਉਸੇ ਟਿਕ ਕਰ ਦੇਣੀ ਆ ਅਦਰਵਾਈਜ਼ ਨਹੀਂ ਕਰਨੀ ਠੀਕਾ ਨੈਕਸਟ ਵਨ ਸਾਡੇ ਕੋਲ ਹੈਗਾ ਇਹ ਸਟੇਟਮੈਂਟ ਆਫ ਐਕਸਪੈਂਡੀਚਰ ਆਫ ਫੈਮਿਲੀ ਠੀਕਾ ਫੂਡ ਕਿੰਨੀ ਉਹ ਲੈਂਦੇ ਹੈਗੇ ਆ ਟਿਕਾ ਟੋਟਲ ਐਕਸਪੈਂਸ ਚਰ ਕਿੰਨਾ ਹੈਗਾ ਇਹ ਸਾਰਾ ਤੁਸੀਂ ਕੱਢ ਕੇ ਹਨਾ ਉਹਨਾਂ ਤੋਂ ਫੈਮਿਲੀ ਵਾਲਿਆਂ ਤੋਂ ਪੁੱਛ ਕੇ ਸਾਰਾ ਲਿਖਣਾ ਹੈਗਾ ਵਾ ਟਿਕਾ ਨੈਕਸਟ ਹੈਗਾ ਇਜ਼ देयर ਯਾਨੀ ਕੇਸ ਆਫ ਫੀਵਰ ਇਫ ਯੈਸ ਰਾਈਟ ਨੇਮ ਇਜ਼ ਟਰੀਟਮੈਂਟ ਵਿਦ ਰਿਮਾਰਕਸ ਟਿਕਾ ਜੇਕਰ ਕਿਸੇ ਵੀ ਪਰਸਨ ਨੂੰ ਫੀਵਰ ਹੈਗਾ ਆ ਤਾਂ ਉਹਨਾਂ ਦਾ ਨੇਮ ਲਿਖਣਾ ਹੈਗਾ ਆ ਐਂਡ ਟਰੀਟਮੈਂਟ ਵਗੈਰਾ ਸਾਰਾ ਤੁਸੀਂ ਲਿਖਣਾ ਹੈਗਾ ਆ ਟਿਕਾ ਨੈਕਸਟ ਹੈਗਾ ਯਾ ਡਸ ਐਨੀ ਅਦਰ ਹੈਵ ਐਨੀ ਸਕਿਨ ਡਿਸੀਜ਼ ਜੇਕਰ ਕਿਸੇ ਨੂੰ ਸਕਿਨ ਡਿਸੀਜ਼ ਹੈਗੀ ਹੈ ਤਾਂ ਤੁਸੀਂ ਲਿਖਣਾ ਅਦਰਵਾਈਜ਼ ਤੁਸੀਂ ਨਿਲ ਮਤਲਬ ਨਾਟ ਲਿਖਣਾ ਡਸ ਐਨੀ ਵਨ ਹੈਵ ਕਫ ਮੋਰ ਦੈਨ 2 ਵੀਕਸ ਜੇਕਰ ਕਿਸੇ ਨੂੰ ਵੀ ਪੇਸ਼ੈਂਟ ਪਰਸਨ ਨੂੰ ਫੈਮਿਲੀ ਦੇ ਵਿੱਚੋਂ ਕਫ ਹੈਗੀ ਹੈ ਤਾਂ ਤੁਸੀਂ ਲਿਖਣਾ ਹੈਗਾ ਕੋਈ ਇਚਿੰਗ ਵਗੈਰਾ ਹੈਗੀ ਉਹਨਾਂ ਦਾ ਨੇਮ ਲਿਖਣਾ ਠੀਕਾ ਏਜ ਡਿਸੀਜ਼ ਸਾਰਾ ਕੁਝ ਤੁਸੀਂ ਲਿਸਟ ਕਰਨਾ ਜੇਕਰ ਨਹੀਂ ਹੈਗੀ ਤਾਂ ਨਾਟ ਠੀਕਾ ਨੈਕਸਟ ਵਨ ਇਜ਼ ਅ ਡਸ 애니ਵਨ ਹੈਵ ਐਨੀ ਅਦਰ ਇਲਨਸ ਠੀਕਾ ਜੋ ਆਪਣਾ ਪੇਸ਼ੈਂਟ ਸੀਗਾ ਜਿਹਨੂੰ ਗੋਟ ਡਿਸੀਜ਼ ਹੈਗੀ ਆ ਠੀਕਾ ਸੋ ਆਪਾਂ ਉਸ ਦਾ ਨੇਮ ਇੱਥੇ ਲਿਖ ਦੇਣਾ ਜੇਕਰ ਕੋਈ ਅਦਰ ਫੈਮਿਲੀ ਮੈਂਬਰ ਨੂੰ ਵੀ ਡਿਸੀਜ਼ ਕੰਡੀਸ਼ਨ ਤੋਂ ਕੋਈ ਵੀ ਸਫਰ ਕਰ ਰਿਹਾ ਤਾਂ ਤੁਸੀਂ ਉਹਨਾਂ ਦਾ ਨੇਮ ਵੀ ਮੈਂਸ਼ਨ ਕਰਨਾ ਆ ਨੈਕਸਟ ਹੈਗਾ ਇਫ ਐਨੀ ਵੂਮਨ ਪ੍ਰੈਗਨੈਂਟ ਇਫ ਯੈਸ ਰਾਈਟ ਦ ਫੋਲੋਇੰਗ ਰਿਮਾਰਕਸ ਸਪੈਸੀਫਾਈ ਗ੍ਰੈਵਿਡਾ ਹੈਜ਼ ਸ਼ੀ ਬੀਨ ਰਜਿਸਟਰਡ ਇਜ਼ ਸ਼ੀ ਗੈਟਿੰਗ ਆਇਰਨ ਫੋਲਿਕ ਐਸਿਡਸ ਜੇਕਰ ਕੋਈ ਵੀ ਔਮਨ ਪ੍ਰੈਗਨੈਂਟ ਹੈਗੀ ਹੈ ਤਾਂ ਤੁਸੀਂ ਸਾਰੀਆਂ ਡਿਟੇਲਸ ਲਿਖਣੀਆਂ ਹੈਗੀਆਂ ਅਦਰਵਾਈਜ਼ ਨਹੀਂ ਲਿਖਣੀਆਂ ਠੀਕ ਹੈ ਨੈਕਸਟ ਹੈਗਾ ਬਰਥ ਐਂਡ ਡੈਥ ਕੋਈ ਵੀ ਬਰਥ ਹੋਇਆ ਉਹਨਾਂ ਦੀ ਉਹਨਾਂ ਦਿਨਾਂ ਦੇ ਵਿੱਚ ਕੋਈ ਵੀ ਡੈਥ ਹੋਈ ਆ ਠੀਕਾ ਉਹਦੇ ਬਾਰੇ ਲਿਖਣਾ ਮੈਰਿਜ ਹੋਈ ਆ ਉਹਦੇ ਬਾਰੇ ਲਿਖਣਾ ਆ ਨੈਕਸਟ ਐਸ देयर ਐਨੀ ਚਿਲड्रन बिलो 5 ਇਅਰਸ ਹੁ ਹੈਵ ਨਾਟ ਰਿਸੀਵਡ ਇਮਿਊਨਾਈਜੇਸ਼ਨ ਜੇਕਰ ਕੋਈ ਵੀ ਚਾਈਲਡ ਹੈਗਾ ਉਹਨਾਂ ਦੇ ਘਰ ਜਿਹੜਾ 5 ਇਅਰਸ ਤੋਂ ਬਿਲੋ ਹੈਗਾ ਵਾ ਠੀਕ ਆ ਜੇਕਰ ਉਹਨੂੰ ਕੋਈ ਵੀ ਇਮਿਊਨਾਈਜੇਸ਼ਨ ਰਿਸੀਵ ਨਹੀਂ ਹੋਇਆ ਤਾਂ ਉਸ ਦੇ ਆਪਾਂ ਡਿਟੇਲਸ ਲਿਖਣੀਆਂ ਹੈਗੀਆਂ ਜੇਕਰ ਹੈਗਾ ਤਾਂ ਆਪਾਂ ਮੈਂਸ਼ਨ ਕਰਨਾ ਹੈ ਆਦਰਵਾਇਜ਼ ਨਿਲ ਲਿਖਣਾ ਹੈ ਨੈਕਸਟ ਪੁਆਇੰਟ ਸਾਡੇ ਕੋਲ ਆ ਗਿਆ ਯੂজিং ਅ ਕੰਟਰੈਸੈਪਟਿਵ ਮੈਥਡ ਇਫ ਯਸ ਸਪੈਸੀਫਾਈ ਜੇਕਰ ਫੈਮਿਲੀ ਮੈਂਬਰ ਕੋਈ ਵੀ ਕੰਟਰੈਸੈਪਟਿਵ ਮੈਥਡ ਯੂਜ਼ ਕਰ ਰਹੇ ਆ ਤਾਂ ਉਸ ਦੇ ਬਾਰੇ ਆਪਾਂ ਦੱਸਣਾ ਹੈ ਆਦਰਵਾਇਜ਼ ਨੋ ਇੰਟੈਂਡਿੰਗ ਟੂ ਅੰਡਰਗੋ ਯੈਸਟਰਡੇ ਠੀਕ ਆ ਨਾਟ ਇੰਟਰਸਟਡ ਟੂ ਅਡਾਪਟ ਐਫ ਪੀ ਮੈਥਡ ਫੈਮਿਲੀ ਪਲੈਨਿੰਗ ਮੈਥਡ ਠੀਕ ਆ ਸਟੇਟ ਦਾ ਰੀਜਨਸ ਜੇਕਰ ਕੋਈ ਵੀ ਫੈਮਿਲੀ ਪਲੈਨਿੰਗ ਮੈਥਡ ਅਡਾਪਟ ਕਰਨ ਦੇ ਵਿੱਚ ਇੰਟਰਸਟ ਨਹੀਂ ਹੈਗਾ ਤਾਂ ਉਹਨਾਂ ਦੀ ਆਪਾਂ ਰੀਜਨਸ ਦੀ ਸਟੇਟਮੈਂਟ ਲਿਖਣੀ ਹੈਗੀ ਆ ਇਫ देयर ਐਨੀ ਚਾਈਲਡ 0 ਟੂ 5 ইয়ার্স ইন ਫੈਮਿਲੀ হু ਸ਼ੋਜ਼ ਸਾਈਨ ਆਫ ਮਲਨੂਟ੍ਰੀਸ਼ਨ ਕੁਆਸ਼ੀਓਰ ਅਨੀਮੀਆ ਮਰਾਸਮਸ ਵਿਟਾਮਿਨ ਡੈਫੀਸ਼ੈਂਸੀ ਰਿਕਟਸਿਕਾ ਕੋਈ ਵੀ ਚਾਈਲਡ ਹੈਗਾ ਆ ਤਾਂ ਆਪਾਂ ਉਹਦੇ ਬਾਰੇ ਲਿਖਣਾ ਹੈ अदरवाइज ਨਾਟ ਨੈਕਸਟ ਸਵਾਲ ਆ ਗਿਆ ਇਸ ਦਾ ਸਲੱਗ ਇਜ਼ ਵਾਟਰ ਬੀਂਗ ਡਿਸਪੋਜ਼ਡ ਆਫ ਹਾਈਜਨਸੀ ਇਫ ਯੈਸ ਡਰੇਨ ਸੋਕ ਪਿਟ ਕਿਚਨ ਗਾਰਡਨ ਠੀਕਾ ਸੋ ਜੋ ਵੀ ਕੰਡੀਸ਼ਨਸ ਉਹਨਾਂ ਦੀ ਹੋਮ ਦੀ ਹੈਗੀ ਉਸ ਦੀ ਬਾਰੇ ਆਪਾਂ ਲਿਖਣਾ ਹੈ ਇਸ ਐਕਸਕ੍ਰੀਟਾ ਬੀਂਗ ਡਿਸਪੋਜ਼ਡ ਠੀਕਾ ਯੈਸ ਆਰ ਦਾ ਕੈਟਲ ਐਂਡ ਪੋਲੀਟਰੀ ਹਾਊਸ ਹਾਈਜਨਸਲੀ ਵਿਦਨ ਹਾਊਸ if there is well or hand pump nursing hand pump tap tap tick is it maintained in good order yes when was the well chlorinated days if no state reasons yes weather house kept clean if no state reasons yes when was house last sprayed yes ਸੋ ਉਹਨਾਂ ਤੋਂ ਪੁੱਛ ਕੇ ਆਪਾਂ ਡੇਟ ਲਿਖਣੀ ਹੈਗੀ ਆ ਜਦੋਂ ਮਤਲਬ ਲਾਸਟ ਟਾਈਮ ਉਹਨਾਂ ਦੇ ਹੋਮ ਦੇ ਵਿੱਚ ਸਪਰੇਅ ਕਦੋਂ ਕਰੇ ਗਏ ਸੀ ਸੋ ਜੋ ਮੱਖੀਆਂ ਮੱਛਰਾਂ ਵਾਲੀ ਹੁੰਦੀ ਆ ਉਹ ਵਾਲੀ ਠੀਕ ਆ ਸੋ ਜੋ ਇਹ ਵਾਲੇ ਪੇजेस ਐਡ ਕਰਨ ਤੋਂ ਬਾਅਦ ਆਪਾਂ ਖੁਦ ਲਿਖਣਾ ਹੁੰਦਾ ਆ ਪ੍ਰੋਬਲਮਸ ਠੀਕ ਆ ਲਾਰਜ ਫੈਮਿਲੀ ਸਾਈਜ਼ ਪ੍ਰੋਬਲਮ ਹੈਲਥ ਡੈਫੀਸ਼ੀਐਂਟ ਅੰਡਰ weight ਪੇਨ ਲੇਥਾਰਜੀ ਵੀਕਨੈਸ ਜੋ ਆਪਣਾ ਪੇਸ਼ੈਂਟ ਹੈਗਾ ਆ ਉਸ ਦੀਆਂ ਕੀ ਕੀ ਪ੍ਰੋਬਲਮਸ ਹੈਗੀਆਂ ਠੀਕ ਆ ਨੀਡਸ ਉਹਦੀਆਂ ਕੀ ਹੈਗੀਆਂ रिकोगनाइज द प्रेजेंटे न्यूट्रीशन डाइट मेक ठीक है अबाउट द केयर ऑफ चाइल्ड मल न्यूट्रिश प्रॉब्लम टू पे लिथारजी ठीक है वीकनेस अंडरवेट नीड्स की हैगिकुएट न्यूट्रीशियन एजुकेशन अबाउट न्यूट्रीशियन हैल्थ सर्विस प्रॉब्लम्स की हैगियाँ लैक ऑफ क्वालिफाइड हेल्थ परसोनल इनसफिशेंट एंड ਇਨ ਅਸੈਸਿਬਿਲਟੀ ਆਫ ਮਟੀਰੀਅਲ ਫਾਰ ਟ੍ਰੀਟਮੈਂਟ ਇਨ ਸਫੀਸ਼ੀਐਂਟ ਵਿਜ਼ਿਟ ਨੀਡਸ ਕੀ ਹੈਗੀ ਉਹਨਾਂ ਦੀਆਂ ਟ੍ਰੇਨਿੰਗ ਰੈਗੂਲਰ ਵਿਜ਼ਿਟ ਮੈਡੀਕਲ ਸਰਵਿਸਿਜ਼ ਡਿਸਟਰਬਡ ਸਲੀਪ ਪੈਟਰਨ ਰਿਲੇਟਡ ਟੂ ਪੇਨ ਇਨਸੋਮਨੀਆ ਸੋ ਪਹਿਲਾਂ ਆਪਾਂ ਇੱਕ ਡਾਇਗਨੋਸ ਬਣਾਉਂਦੇ ਹਾਂ ਉਸ ਤੋਂ ਬਾਅਦ ਉਹਦੀ ਨੀਡ ਲਿਖਦੇ ਹਾਂ ਠੀਕ ਆ ਸੋ ਇਨਸੋਮਨੀਆ ਦੇ ਵਿੱਚ ਕੀ ਨੀਡ ਹੈਗੀ ਆ ਰੈਕਗਨਾਈਜ਼ ਐਕਸਟ੍ਰੈਕਟ ਨੇਚਰ ਆਫ ਪ੍ਰੋਬਲਮ ਮੈਡੀਕਲ ਸਰਵਿਸਿਜ਼ ਇੰਪਲੈਂਟਡ ਕੇਅਰ ਸਸਪੈਕਟਡ ਕੇਸ ਆਫ ਗੋਟ ਪ੍ਰੋਬਲਮ ਲੈਕ ਆਫ ਨੋਲੇਜ ਅਬਾਊਟ ਨੇਚਰ ਆਫ ਪ੍ਰੋਬਲਮ ਇਗਨੋਰੈਂਸ ਆਫ ਕੇਅਰ ਠੀਕ ਆ ਨੈਕਸਟ ਆਰਟੀਕਲ ਆ ਗਿਆ ਇਫ ਐਨੀਵਨ ਫਾਲਸ ਇਲ ਵੇਅਰ ਡੂ ਯੂ ਗੈਟ ਟ੍ਰੀਟਮੈਂਟ ਠੀਕ ਆ ਸੋ ਕੋਈ ਵੀ ਇਨਫੋਰਮੇਸ਼ਨ ਨਹੀਂ ਸੀ ਸੋ ਇਸ ਲਈ ਮੈਂ ਖਾਲੀ ਛੱਡਿਆ ਹੋਇਆ ਸੋ ਇਸ ਦੇ ਵਿੱਚ ਆਪਾਂ ਨਰਸਿੰਗ ਕੇਅਰ ਪਲਾਨ ਇਦਾਂ ਬਣਾਵਾਂਗੇ ਕਮਿਊਨਿਟੀ ਦੇ ਵਿੱਚ ਸੋ ਜੋ ਪਹਿਲਾਂ ਆਪਾਂ ਨਰਸਿੰਗ ਕੇਅਰ ਪਲਾਨ ਬਣਾਉਂਦੇ ਹੁੰਦੇ ਸੀ ਅਸੈਸਮੈਂਟ ਡਾਇਗਨੋਸ ਗੋਲ ਲੇਖ ਕੇ ਸੋ ਇਸ ਦੇ ਵਿੱਚ ਆਪਾਂ ਆਪਾਂ ਲਿਖਾਂਗੇ ਪ੍ਰੋਬਲਮ ਜਾਂ ਨੀਡ ਜੋ ਪੇਸ਼ੈਂਟ ਨੂੰ ਪ੍ਰੋਬਲਮ ਹੈਗੀ ਹੈ ਜਾਂ ਕੋਈ ਨੀਡ ਹੈਗੀ ਹੈ ਠੀਕ ਆ ਉਹ ਲਿਖ ਕੇ ਫਿਰ ਆਪਾਂ ਆਬਜੈਕਟਿਵ ਲਿਖਾਂਗੇ ਨਰਸਿੰਗ ਇੰਟਰਵੈਨਸ਼ਨ ਲਿਖਾਂਗੇ ਤੇ ਇਵੈਲੂਏਸ਼ਨ ਲਿਖਾਂਗੇ ਸੋ ਆਪਣੀ ਫਸਟ ਜੋ ਪ੍ਰੋਬਲਮ ਸੀਗੀ ਡਿਸਟਰਬਡ 슬ੀਪ ਪੈਟਰਨ ਐਂਗਜ਼ਾਈਟੀ ਇਨ ਸੋਮਨੀਆ ਰਿਕੋਗਨਾਈਜ਼ਡ ਟੂ ਮੇਨਟੇਨ 슬ੀਪਿੰਗ ਪੈਟਰਨ アドバイス پیشنਟ ਟੂ ਟੇਕ ਐਡਕੁਏਟ ਰੈਸਟ ਐਂਡ ਸਲੀਪ ਆਸਕ ਪੇਸ਼ੀਐਂਟ ਟੂ ਲਾਈਟਸ ਡਿਊਰਿੰਗ ਸਲੀਪ ਟਾਈਮ ਆਫ ਲਾਈਟਸ ਠੀਕ ਆ ਐਡਵਾਈਸ ਪੇਸ਼ੀਐਂਟ ਟੂ ਅਵੋਇਡ ਡੇ ਟੇਕ ਸਲੀਪ ਵਿਦਿਨ ਇਹ ਸੋਣਾ ਨਹੀਂ ਹੈਗਾ ਇੰਪਰੂਵ ਸੈਲਫ ਸਲੀਪ ਪੈਟਰਨ ਆਫ ਪੇਸ਼ੀਐਂਟ ਏਵੈਲੂਏਸ਼ਨ ਠੀਕ ਆ ਸੋ ਇਸ ਦੇ ਵਿੱਚ ਆਪਾਂ ਨਾਰਮਲੀ ਕੇਅਰ ਪਲਾਨ ਬਣਾਵਾਂਗੇ ਸੋ ਨੈਕਸਟ ਆਪਾਂ ਖੁਦ ਬਣਾਉਣੇ ਹੈਗੇ ਆ ਪ੍ਰੋਬਲਮਸ ਔਰ ਨੀਡਸ ਲਿਖ ਕੇ ਆਬਜੈਕਟਿਵ ਨਰਸਿੰਗ ਇੰਟਰਵੈਂਸ਼ਨ ਏਵੈਲੂਏਸ਼ਨ ਸੋ ਲਾਰਜ ਫੈਮਲੀ ਪ੍ਰੋਬਲਮ ਵਾਲਾ ਆਪਾਂ ਪ੍ਰੋਬਲਮ ਬਣਾਈ ਸੀ ਕਿ ਨਾ ਹਨਾ ਸੋ ਮੈਂ ਜੋ ਤੁਹਾਨੂੰ ਸਾਰੇ ਇਕੱਠੇ ਲਿਖੇ ਹੋਏ ਸੀ ਨੀਡਸ ਜਿਹੜੀਆਂ ਮੈਂ ਲਿਖੀਆਂ ਹੋਈਆਂ ਸੀਗੀਆਂ ਸੋਵਰ ਲਿਖਿਆ ਮੇਨਟੇਨ ਹੈਲਥ ਸਰਵਿਸਿਜ਼ ਇਨ ਦਾ ਫੈਮਲੀ ਮੈਂਬਰ ਐਜੂਕੇਟ ਫੈਮਿਲੀ ਮੈਂਬਰ ਅਬਾਊਟ ਦਾ ਨੇਚਰ ਆਫ ਹੈਲਥ ਲਾਈਫਸਟਾਈਲ ਠੀਕ ਆ ਗੇਨ ਨੋਲਿਜ ਅਬਾਊਟ ਹੈਲਥੀ ਲਾਈਫਸਟਾਈਲ ਇਹ ਆਪਣਾ ਇਵੈਲੂਏਸ਼ਨ ਹੋ ਗਿਆ ਐਜੂਕੇਟ ਅਬਾਊਟ ਪਰਸਨਲ ਹਾਈਜਨ ਲੇਥਾਰਜੀ ਵੀਕਨੈਸ ਰੈਕੋਗਨਾਈਜ਼ ਦਾ ਪ੍ਰੈਜੈਂਟੇਸ਼ਨ ਆ ਡਾਈਟ ਠੀਕ ਆ ਮੇਕ ਡਿਸੀਜਨ ਅਬਾਊਟ ਦਾ ਕੇਅਰ ਆਫ ਚਾਈਲਡ ਠੀਕ ਆ ਸੋ ਇਹ ਵਾਲੀਆਂ ਪ੍ਰੋਬਲਮ ਸੀਗੀਆਂ ਤੇ ਆਪਣਾ ਆਬਜੈਕਟਿਵ ਕੀ ਸੀਗਾ ਨਰਸਿੰਗ ਇੰਟਰਵੈਂਸ਼ਨ ਮੈਂ ਤੁਹਾਨੂੰ ਦੱਸਦੀ ਆ ਠੀਕ ਆ ਇਦਾਂ ਆਪਾਂ ਲਿਖਣਾ ਹੁੰਦਾ ਆ नैक्सट साढ़े नीड की आ गई हैल्थ सर्विसिज प्रॉब्लम्स आ गई ठीक है लैक ऑफ अवेलेबिलिटी ऑफ हेल्थ परसनल इन शफिशंसी एंड असेसीबिलिटी ऑफ मटीरियल फॉर ट्रीटमेंट इन सफिशियंट विजिट ठीक है सो मैनटेन द हेल्थ सर्विसिज प्रोग्राम पी एच सी एंड सी एच सी प्रोवाइड ट्रेनिंग एंड एजुकेशन सप्लाई एडिक्यूएट मेडिसिन ड्रग्स कम्यूनिटी एरिया प्रोवाइड रेगुलर विजिट होम विजिट ठीक है ਐਜੂਕੇਟ ਅਬਾਊਟ ਦਾ ਟ੍ਰੀਟਮੈਂਟ ਆਫ ਪ੍ਰੋਬਲਮ ਐਜੂਕੇਟ ਅਬਾਊਟ ਦਾ ਪ੍ਰੋਪਰ ਕੇਅਰ ਆਫ ਪ੍ਰੋਬਲਮ ਠੀਕ ਆ ਸੋ ਐਵੈਲੂਏਸ਼ਨ ਕੀ ਹੋਈ ਇੰਪਰੂਵ ਹੈਲਥ ਸਰਵਿਸਿਜ਼ ਪ੍ਰੋਗਰਾਮ ਠੀਕ ਆ ਸੋ ਇਦਾਂ ਜੋ ਆਪਾਂ ਕੇਅਰ ਪਲਾਨ ਕਮਿਊਨਿਟੀ ਦੇ ਵਿੱਚ ਬਣਾਉਣੇ ਹੈਗੇ ਆ ਥਰਡ ਈਅਰ ਦੇ ਵਿੱਚ ਸੋ ਨੈਕਸਟ ਸਾਡੇ ਕੋਲੇ ਆ ਗਿਆ ਨੈਕਸਟ ਪ੍ਰੋਬਲਮ ਹੈਗੀ ਸਸਪੈਕਟਡ ਕੇਸ ਆਫ ਮਲਨਿਊਟ੍ਰੀਸ਼ਨ ਪ੍ਰੋਬਲਮ ਟੂ ਪੇਸ਼ੈਂਟ ਲਿਥਾਰਜੀ ਵੀਕਨੈਸ ਅੰਡਰਵੇਟ ਠੀਕ ਆ inadequate nutrition education about nutrition Rika, to maintain the nutrition of status of the family Rika. education given to the family member about the balanced diet encourage for take green leafy vegetables more in diet avoid spicy food in diet discuss about the importance of the midday meal program advise patient to take calcium rich diet and balanced diet gain knowledge about the benefits of nutritional diet ਠੀਕ ਆ ਨੈਕਸਟ ਸਾਡੇ ਕੋਲੇ ਆ ਗਈ ਹੈਲਥ এডੂਕੇਸ਼ਨ ਫਸਟ ਪੁਆਇੰਟ ਸਾਡੇ ਕੋਲੇ ਹੈਗਾ ਡਾਈਟ ਇਨਸਟਰੁਕਟ ਦਾ ਫੈਮਿਲੀ ਐਂਡ ਪੇਸ਼ੈਂਟ ਟੂ ਟੇਕ ਕੈਲਸ਼ੀਅਮ ਰਿਚ ਡਾਈਟ ਲਾਈਕ ਮਿਲਕ ਪਾਲਕ ਗ੍ਰੀਨ ਲੀਫੀ ਵੈਜੀਟੇਬਲਸ ਐਕਸੈਟਰਾ ਐਜੂਕੇਟ ਟੂ ਟੇਕ ਫਾਈਬਰ ਰਿਚ ਡਾਈਟ ਟੂ ਪ੍ਰिवेंट ਕਨਸਟਿਪੇਸ਼ਨ ਅਵੋਇਡ ਸਪਾਈਸੀ ਐਂਡ ਹੈਵੀ ਫੂਡ ਅਵੋਇਡ ਐਕਸੈਸਿਵ ਯੂਸ ਆਫ ਗੀ ਐਂਡ ਬਟਰ ਨੈਕਸਟ ਪੁਆਇੰਟ ਸਾਡੇ ਕੋਲੇ ਆ ਗਿਆ ਪਰਸਨਲ ਹਾਈਜੀਨ ਟੂ ਪ੍ਰੋਵਾਈਡ ਐਜੂਕੇਸ਼ਨ ਟੂ ਫੈਮਿਲੀ ਮੈਂਬਰ ਐਂਡ ਪੇਸ਼ੀਐਂਟ ਹਾਊ ਟੂ ਮੇਨਟੇਨ ਦਾ ਪਰਸਨਲ ਹਾਈਜੀਨ ਐਡਵਾਈਸ देम ਟੂ ਡਰਿੰਕ ਪਲੈਂਟੀ ਆਫ ਵਾਟਰ ਇਨ ਅ ਡੇ ਐਕਸਰਸਾਈਜ਼ ਐਜੂਕੇਟ ਅਬਾਊਟ ਇੰਪੋਰਟੈਂਸ ਆਫ ਐਕਸਰਸਾਈਜ਼ ਐਡਵਾਈਸ ਟੂ ਡੂ ਰੈਗੂਲਰ ਐਕਸਰਸਾਈਜ਼ ਲਾਈਕ ਵਾਕਿੰਗ ਯੋਗਾ ਇਕਸਟਰਾ ਜੋਇੰਟਸ ਸ਼ੁੱਡ ਬੀ ਪਲੇਸਡ ਇਨ देयर ਫੰਕਸ਼ਨਲ ਪੁਆਇੰਟਸ ਠੀਕ ਹੈ that is potential that will not lead to construction avoid heavy exercise ticker medication give the education regarding medication take medicine at proper time thicca. ask about follow-up care along will be emotional therapies consult with doctor and follow the treatment follow-up care Educate the patient about follow-up care. Advise them about if sign and symptom of gout is present, then immediately go to doctor. Easy study health education. Next study bibliography, book name Parul Datta, Text, Book of Pediatric Nursing Edition, Second Page number six zero six. ਐਂਡ ਜੇਕਰ ਤੁਸੀਂ ਇਹ ਵੀਡੀਓ ਦੇਖਣੀ ਹੈ ਕਿ ਬਿਬਲੀਓਗ੍ਰਾਫੀ ਕਿੱਦਾਂ ਲਿਖੀਦੀ ਹੈ ਸੋ ਮੇਰੇ ਚੈਨਲ ਉੱਪਰ ਤੁਹਾਨੂੰ ਇੱਕ ਸਪੈਸ਼ਲ ਵੀਡੀਓ ਮੈਂ ਪ੍ਰੋਵਾਈਡ ਕਰੀ ਹੋਈ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਿਬਲੀਓਗ੍ਰਾਫੀ ਕਿੱਦਾਂ ਆਪਾਂ ਲਿਖਦੇ ਹਾਂ ਠੀਕ ਹੈ ਐਂਡ ਸੋ ਬਿਬਲੀਓਗ੍ਰਾਫੀ ਆਪਾਂ ਤਿੰਨ ਲਿਖਣੀਆਂ ਹੁੰਦੀਆਂ ਆਈਆਂ ਇੱਕ ਤੋਂ ਇੱਕ ਪੀਡੀਆਟ੍ਰਿਕ ਨਰਸਿੰਗ ਦੀ ਬੁੱਕ ਦੀ ਲਿਖਤੀ ਆਪਾਂ ਇੱਕ ਐਮਐਸਨ ਦੀ ਲਿਖਤੀ ਠੀਕਾ ਸੋ ਇੱਕ ਕੋਈ ਵੀ ਸਾਈਟ ਵਗੈਰਾ ਦਾ ਆਪਾਂ ਨੇਮ ਲਿਖਤਾ ਸੋ ਅੱਜ ਦੇ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਤੁਸੀਂ ਉਹ ਬਿਬਲੀਓਗ੍ਰਾਫੀ ਵਾਲੀ ਵੀਡੀਓ ਦੇਖਣੀ ਹੈ ਤਾਂ ਸੋ ਉਸ ਵੀਡੀਓ ਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੂਗਾ ਜਰੂਰ ਚੈੱਕ ਆਊਟ ਕਰ ਲਿਓ ਜੀ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਥੈਂਕ ਯੂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ